ਇੱਡੇ ਵੱਡੇ ਆਰਟਿਸਟ ਆ ਲੈਜੈਂਡ, ਉਹਨਾਂ ਨੇ ਆਮ ਬੰਦੇ ਦਾ ਕਿੱਥੇ ਫੋਨ ਸੁਣਨਾ। ਇੱਕ ਦਿਨ ਮੈਂ ਫੋਨ ਹੀ ਲਾ ਦਿੱਤਾ, ਮੈਂ ਕਿਹਾ ਲੈ ਜੀ ਸਪੂਤ ਮਿਲਾ ਦਿੱਤਾ, ਉਹ ਮਿਲ ਗਿਆ। ਮੈਂ ਚਾਹ ਚੜ੍ਹ ਗਿਆ, ਮੈਂ ਗੱਲ ਕੀਤੀ ਸਲੀਮ ਸਾਹਿਬ ਨਾਲ, ਮੈਂ ਬੜੀਆਂ ਐਟਮਾਂ ਨਾਲ, ਮੈਂ ਐਵੇਂ ਭੰਡ ਬਣ ਕੇ, ਮੈਂ ਕਿਹਾ ਬੱਚਿਓ ਭਾਗ ਲੱਗੇ ਰਹਿਣ, ਸਲੀਮ ਸਾਹਿਬ ਨਾਲ ਫੋਨ ਮਿਲ ਗਿਆ। ਮੈਂ ਕਿਹਾ ਮਠਿਆਈਆਂ ਵੰਡ ਦਿਉ ਭਾਈ, ਕਿ ਮੇਰੇ ਸਲੀਮ ਸਾਹਿਬ ਸੀਨੀਅਰ ਤੋਂ, ਮੇਰੇ ਉਸਤਾਦ ਤੋਂ ਹਟ ਕੇ, ਮੇਰੇ ਉਹ ਵੀ ਸੀਨੀਅਰ ਉਸਤਾਦ ਹੀ ਨੇ ਆਗਾ ਸਾਹਿਬ, ਮੈਨੂੰ ਕੰਪਨੀ ਐਸੀ ਮਿਲੀ ਜਾਂਦਿਆਂ ਹੀ, ਹਾਂਜੀ ਆਗਾ ਮਾਈ ਸਾਹਿਬ, ਅਤੇ ਉਹਨਾਂ ਨੇ ਮੈਨੂੰ ਐਸਾ ਸਬਕ ਦੇਣਾ ਸ਼ੁਰੂ ਕੀਤਾ, ਡਾਂਟ ਡਾਂਟ ਕੇ, ਓਏ ਇੰਝ ਨਹੀਂ ਕਰੀਦਾ, ਹੋਏ ਨਹੀਂ। ਮੈਂ ਘਬਰਾਉਣਾ ਵੀ ਬੜਾ, ਲੇਕਿਨ ਕਰਦਿਆਂ 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 ਹੁਣ ਇੱਥੇ ਤੱਕ ਆਏ ਹਾਂ। ਲੇਕਿਨ ਉਹਨਾਂ ਕੋਲੋਂ ਮੈਂ ਅਜੇ ਵੀ ਝਿਜਕਦਾ ਵਾਂ, ਗੱਲ ਕਿਸੇ ਟਾਈਮ ਫੰਬਲ ਹੋ ਜਾਂਦੀ ਆ। ਉਹਨਾਂ ਦਾ ਪ੍ਰੈਸ਼ਰ, ਉਹਨਾਂ ਦੀ ਆਗਾ ਸਾਹਿਬ ਦੀ ਪਰਸਨੈਲਿਟੀ ਦਾ ਪ੍ਰੈਸ਼ਰ ਇੰਨਾ ਵਾ ਵੀ ਚੰਗੀ ਭਲੀ ਗੱਲ ਕਰ ਮੈਂ ਬਹਿ ਬਹਿ ਦਬੈ। ਅਤੇ ਅੱਜ ਸਾਡੇ ਮਹਿਮਾਨ ਨੇ, ਥੈਂਕ ਯੂ ਵੈਰੀ ਮੱਚ ਗੋਗਾ ਬਾਈ, ਤੁਸੀਂ ਤਸ਼ਰੀਫ ਲਿਆਏ ਔਰ ਵਕਤ ਦਿੱਤਾ। ਇਸ ਸ਼ੋਅ ਬਿਜ਼ਲ ਧਿਆਨ ਕਿਸ ਤਰ੍ਹਾਂ ਪਿਆ, ਪਹਿਲੇ ਕਿਸ ਤਰ੍ਹਾਂ ਸ਼ੁਰੂ ਹੋਏ ਬਚਪਨ? ਉਹ ਬਸ ਰੂਟੀਨ ਆ, ਜਿਸ ਤਰ੍ਹਾਂ ਸਾਰੇ ਸੀਨੀਅਰ ਆਰਟਿਸਟ ਵੀ ਕਹਿੰਦੇ ਆ ਵੀ ਪਹਿਲੇ ਸਟਰੀਟ ਥੀਏਟਰ, ਫਿਰ ਆਰਟ ਕੌਂਸਲ ਕਮਰਸ਼ਲ ਥੀਏਟਰ ਕੀਤਾ ਮੈਂ, ਲੇਕਿਨ ਉਹ ਮੈਨੂੰ ਸੂਟ ਨਹੀਂ ਕੀਤਾ, ਮੈਂ ਵਲਗੈਰਿਟੀ ਨਹੀਂ ਸੀ ਕਰਦਾ। ਉਹ ਤੋਂ ਬਚ ਕੇ ਫਿਰ 24 'ਤੇ ਸਿਟੀ 41 'ਤੇ ਕੰਮ ਕੀਤਾ ਥੋੜ੍ਹਾ ਬਹੁਤਾ, ਫਿਰ ਉੱਥੋਂ ਵੀ ਹਟ ਗਿਆ। ਫਿਰ ਘਰ 4-5 ਮਹੀਨੇ ਮੈਂ ਬੈਠਾ ਰਿਹਾ, ਅਤੇ ਕਿਸੇ ਬੰਦੇ ਨੇ ਕਿਹਾ ਵੀ ਯਾਰ ਘਰ ਬੈਠਿਆਂ ਨਾ ਕੰਮ ਨਹੀਂ ਮਿਲਦੇ। ਹਿਜਰਤ ਦੇ ਵਿੱਚ ਅੱਲਾ ਨੇ ਬੜਾ ਅਫਾਕਾ ਰੱਖਿਆ ਵਾ, ਬੜੀ ਉਹ 'ਚ ਰਹਿਮਤ ਆ ਜੀ ਜੀ। ਤੂੰ ਲਾਹੌਰ ਜਾ ਅਤੇ ਆਪਣੇ ਜਿਹੜੇ ਕੋਈ ਰਾਬਤੇ ਉਹ ਵਧਾ। ਮੇਰੇ ਦੋਸਤ ਨੇ ਇੱਥੇ ਜੋੜੇ ਪੁੱਲ 'ਤੇ ਨਾ, ਨਈਮ ਤਸੱਵਰ ਸਾਹਿਬ, ਮੈਂ ਉਹਨਾਂ ਕੋਲ ਬੈਗ ਚੁੱਕਿਆ ਅਤੇ ਆਪਣੇ ਵੱਲੋਂ ਸਟਰਗਲ 'ਚ ਆ ਗਿਆ। ਆ ਕੇ ਸਲੀਮ ਸਾਹਿਬ, ਸਲੀਮ ਮੇਰੇ ਉਸਤਾਦ ਨੇ, ਉਹਨਾਂ ਦੇ ਘਰ ਮੈਂ ਨਾ ਜਾਨੀ ਦੇ ਨਾਲ ਆਇਆ ਸੀ ਇੰਟਰਵਿਊ ਕਰਨ ਵਾ, ਉਹਨਾਂ ਦਾ ਘਰ ਦਾ ਮੈਨੂੰ ਯਾਦ। ਮੈਂ ਮੋਟਰਸਾਈਕਲ ਚੁੱਕੀ, ਮੈਂ 3-4 ਵਾਰੀ ਨਾ ਘਰ ਆਇਆ, ਅਤੇ ਮੈਂ ਨੋਕ ਨੂਕ ਕੀਤੀ ਅਤੇ ਉਹ ਚਾਂਦ ਆਇਆ, ਅਤੇ ਚਾਂਦ ਹੁਣ ਰੂਟੀਨ 'ਚ ਉਹਨੂੰ ਕੀ ਵੀ ਕੌਣ ਆਏ। ਮੈਂ ਕਿਹਾ ਜੀ ਸਲੀਮ ਸਾਹਿਬ, ਅੰਕਲ ਵੋ ਤੋਂ ਰਿਕਾਰਡਿੰਗ 'ਤੇ ਗਏ ਹੈ। ਇੰਨਾ ਕਹਿ ਕੇ ਮੈਂ ਫਿੱਕਾ ਜਿਹਾ ਹੋ ਕੇ ਮੁੜ ਆਉਣਾ, ਕਿੰਨੀ ਵਾਰੀ ਮੈਂ ਗਿਆ ਧੁੱਪੇ। ਮੈਂ ਕਹਿੰਦਾ ਯਾਰ ਕੋਈ ਡੀਲ ਹੀ ਨਹੀਂ ਕਰਨ ਡਿਆ। ਅਤੇ ਇੱਕ ਦਿਨ ਫਿਰ ਮੈਂ ਇਹਨਾਂ ਦੇ ਬਿੱਲੂ ਭਾਈ ਆ ਸਲੀਮ ਸਾਹਿਬ ਦੇ ਵੱਡੇ ਭਾਈ, ਉਹਨਾਂ ਉਹ ਮੈਨੂੰ ਮਿਲੇ। ਮੈਂ ਕਿਹਾ ਯਾਰ ਕਮ ਸੇ ਕਮ ਸਾਹ ਬਾਣ ਅਤੇ ਮੇਰਾ ਇੰਨਾ ਦੱਸ ਦਿਓ ਕਿ ਜਿਹੜਾ ਗੋਗਾ ਅਭਿਨੰਦਨ ਬਣਿਆ ਸੀ ਨਾ ਉਹ ਆਇਆ। ਕਿਤੇ ਸਲੀਮ ਸਾਹਿਬ ਨੂੰ ਉਹਨਾਂ ਨੇ ਦੱਸ ਵੀ ਦਿੱਤਾ। ਫਿਰ ਇੱਕ ਦਫਾ ਮੈਂ ਫੋਨ ਲੈ ਲਿਆ ਉਹਨਾਂ ਕੋਲੋਂ, ਅਤੇ 8 ਦਿਨ ਮੈਂ ਡਰਦਿਆਂ ਨੇ ਫੋਨ ਹੀ ਨਾ ਕੀਤਾ ਕਿ ਵੀ ਮੈਂ ਕਿਹਾ ਯਾਰ ਇੱਡੇ ਵੱਡੇ ਆਰਟਿਸਟ ਆ ਲੈਜੈਂਡ, ਉਹਨਾਂ ਨੇ ਆਮ ਬੰਦੇ ਦਾ ਕਿੱਥੇ ਫੋਨ ਸੁਣਨਾ। ਇੱਕ ਦਿਨ ਮੈਂ ਫੋਨ ਹੀ ਲਾ ਦਿੱਤਾ, ਮੈਂ ਕਿਹਾ ਲੈ ਜੀ ਸਪੂਤ ਮਿਲਾ ਦਿੱਤਾ, ਉਹ ਮਿਲ ਗਿਆ। ਮੈਂ ਚਾਹ ਚੜ੍ਹ ਗਿਆ, ਮੈਂ ਗੱਲ ਕੀਤੀ ਸਲੀਮ ਸਾਹਿਬ ਨਾਲ, ਮੈਂ ਬੜੀਆਂ ਐਟਮਾਂ ਨਾਲ, ਮੈਂ ਐਵੇਂ ਭੰਡ ਬਣ ਕੇ, ਮੈਂ ਕਿਹਾ ਬੱਚਿਓ ਭਾਗ ਲੱਗੇ ਰਹਿਣ, ਸਲੀਮ ਸਾਹਿਬ ਨਾਲ ਫੋਨ ਮਿਲ ਗਿਆ। ਮੈਂ ਕਿਹਾ ਮਠਿਆਈਆਂ ਵੰਡ ਦਿਉ ਭਾਈ, ਮੈਂ ਕਿਹਾ ਉਹ ਇੱਧਰ ਕਰ ਦਿਉ ਭਾਈ, ਗੋਸ਼ਤ ਚਾੜ ਦਿਉ ਭਾਈ। ਉਹ ਮੈਂ ਕਿੰਨਾ ਕੁਛ ਕਿਹਾ ਸਲੀਮ ਸਾਹਿਬ ਸੀਜਾਂ, ਕਹਿੰਦੇ ਯਾਰ ਗੋਗਾ। ਮੈਂ ਕਿਹਾ ਹਾਂਜੀ। ਕਹਿੰਦੇ ਯਾਰ ਤੇਰੇ ਫੋਨ 'ਤੇ ਵਟਸਐਪ ਚੱਲਦਾ ਵਾ, ਫੋਨ ਹੋ ਜੂ ਤੇਰੇ ਕੋਲ ਕੋਈ ਇਸ ਤਰ੍ਹਾਂ ਦਾ ਫੋਨ। ਮੈਂ ਕਿਹਾ ਹਾਂਜੀ, ਉਹ ਗੱਲ ਹੋਈ ਅਤੇ ਬਸ ਫਿਰ ਉਹ 3 ਦਿਨ ਬਾਅਦ ਸਲੀਮ ਸਾਹਿਬ ਨੇ ਫੋਨ ਕਰਤਾ, ਕਹਿੰਦੇ ਯਾਰ ਤੂੰ ਲਾਹੌਰ ਆ। ਮੈਂ ਲਾਹੌਰ ਚਲਾ ਗਿਆ ਅਤੇ ਮੈਂ ਇਰਾਦਾ ਤਨ ਘਰੋਂ ਗਿਆ ਵੀ ਮੈਂ ਪੂਰੇ ਪਾਕਿਸਤਾਨ 'ਚ ਕਿਸੇ ਦਾ ਗੰਢਾ ਬੰਨ ਸ਼ਗਿਰਦ ਨਹੀਂ ਸੀ ਹੈ। ਮੈਂ ਭਾਈ ਉਹ ਮਠਿਆਈ ਵੀ ਲਈ ਸਾਫ ਆ, ਗੰਢਾ ਗੁੰਡਾ ਲੈ ਕੇ ਅਤੇ ਮੈਂ ਡਰਾਇੰਗ ਰੂਮ 'ਚ, ਉਹਨਾਂ ਨੇ ਦੇਖਿਆ ਅਤੇ ਮੈਂ ਕਿਹਾ ਜੀ ਮੈਂ ਤਾਂ ਇਸ ਮਕਸਦ ਲਈ ਆਇਆ। ਉੱਥੋਂ ਸ਼ਗਿਰਦ ਹੋ ਗਏ, ਫਿਰ ਸ਼ਗਿਰਦ ਐਸਾ ਹੋਏ ਆ। ਬਸ ਉਹਨਾਂ ਦਾ ਹੀ ਫਿਰ ਭਾਗ ਇਹ ਆ ਵੀ ਅਸੀਂ ਥੋੜ੍ਹਾ ਚਿਰ ਯੂਟਿਊਬ ਚੈਨਲ ਕੀਤਾ ਵਾ ਹਰੂਨ ਸਾਹਿਬ ਨਾਲ, ਸਮਾਂ ਤੁਸੀਂ ਅਤੇ ਫਿਰ ਉੱਥੋਂ ਹੀ ਹੁਸ਼ਿਆਰੀਆਂ ਅਤੇ ਹੁਸ਼ਿਆਰੀਆਂ ਪ੍ਰੋਗਰਾਮ ਦੇ। ਅਤੇ ਅੱਜ ਫਿਰ ਮੇਰੀ ਖੁਸ਼ਕਿਸਮਤੀ ਇਹ ਆ ਕਿ ਮੇਰੇ ਸਲੀਮ ਸਾਹਿਬ ਸੀਨੀਅਰ ਤੋਂ, ਮੇਰੇ ਉਸਤਾਦ ਤੋਂ ਹਟ ਕੇ, ਮੇਰੇ ਉਹ ਵੀ ਸੀਨੀਅਰ ਉਸਤਾਦ ਹੀ ਨੇ ਆਗਾ ਸਾਹਿਬ, ਮੈਨੂੰ ਕੰਪਨੀ ਐਸੀ ਮਿਲੀ ਜਾਂਦਿਆਂ ਹੀ। ਆਗਾ ਮਾਜੀ ਸਾਹਿਬ ਦੀ ਗੱਲ ਕਰ, ਹਾਂਜੀ ਆਗਾ ਮਾਜੀ ਸਾਹਿਬ, ਅਤੇ ਉਹਨਾਂ ਨੇ ਮੈਨੂੰ ਐਸਾ ਸਬਕ ਦੇਣਾ ਸ਼ੁਰੂ ਕੀਤਾ, ਡਾਂਟ ਡਾਂਟ ਕੇ, ਓਏ ਇੰਝ ਨਹੀਂ ਕਰੀਦਾ, ਹੋਏ ਨਹੀਂ। ਮੈਂ ਘਬਰਾਉਣਾ ਵੀ ਬੜਾ, ਲੇਕਿਨ ਕਰਦਿਆਂ 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 ਹੁਣ ਇੱਥੇ ਤੱਕ ਆਏ ਹਾਂ। ਲੇਕਿਨ ਉਹਨਾਂ ਕੋਲੋਂ ਮੈਂ ਅਜੇ ਵੀ ਝਿਜਕਦਾ ਵਾਂ, ਗੱਲ ਕਿਸੇ ਟਾਈਮ ਫੰਬਲ ਹੋ ਜਾਂਦੀ ਆ। ਉਹਨਾਂ ਦਾ ਪ੍ਰੈਸ਼ਰ, ਉਹਨਾਂ ਦੀ ਆਗਾ ਸਾਹਿਬ ਦੀ ਪਰਸਨੈਲਿਟੀ ਦਾ ਪ੍ਰੈਸ਼ਰ ਇੰਨਾ ਵਾ ਵੀ ਚੰਗੀ ਭਲੀ ਗੱਲ ਕਰ ਮੈਂ ਬਹਿ ਬਹਿ ਦਬ ਹੈ, ਅਤੇ ਉਹ ਫਿਰ ਕਹਿਣ ਕੋਏ ਸਹੀ ਕਰ। ਅੱਛਾ, ਅਤੇ ਹੁਣ ਵੀ ਸਿੱਖਣ ਹੀ ਡਏ ਹਾਂ, ਅਤੇ ਇਹਨਾਂ ਉਸਤਾਦਾਂ ਦੇ ਪੈਰਾਂ ਦਾ ਸਦਕਾ ਹੀ ਆ, ਅਤੇ ਜੋ ਵੀ ਸ਼ੋਬਜ਼ 'ਚ ਮਾੜਾ ਮੋਟਾ ਨਾਂ ਹੋਇਆ ਵਾ।
इश्क दे बारे की कहोगे कि आशिक मिजाज हो या कि नहीं तुसी? नहीं मैं ए, जे ते तुसी ए सवाल ना पुछो ना ते लड़की नू मेरे नाल इश्क होया सी ते ओ होया वा मेरे नाल उन्हें। वो लड़की अन्नी सी? की मतलब? मेरा मतलब है कि अन्ने वा इश्क कीता ना उन्हें बहुत ज्यादा। हाँ अच्छा 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 बहुत ज्यादा इश्क कीता। मैं वो मुंडे होंदे ना बहुत सारिया क्वालिटियां होंदियां मुंडिया दे विच व्याहां ते एक एक मुंडे दे कोल अपना अपना जादू हुंदा वा। कोई जिकर कुड़ियां नू डांस करके इंस्पायर कर रहा वा, कोई ढोलक बजा के कर रहा वा, अपनी एबिलिटी शो करनी कुड़ियां अगे कदना अगे, तो किसी ने गाना गा के करनी। मैं ना गल्लां करदा सी उदों एवें हल्कियां हल्कियां ना विचों कॉमेडी करी जानी, कोई आइटम कर देनी, तो वो इस तरह ही करद्या करद्या ना एक मौका आया भी तो एक कुड़ी आई मेरे सामने, फिर उन्होंने मैं हल्की जी गल सुनाई, गल तुर पी अगे। तो अपने फन का मुजाहरा किया, असरअंदाज को इंस्पायर हो गए। हाँ ठीक है, मुहब्बत करने कोई क्वालिटी भी होनी चाहिए, क्वालिटी ठीक है, मुहब्बत हो गई और फिर वो कोई शादी शुदी तक गल पहुंची? हाँ फास्ट सानू इश्क होया ना, तो 6 महीने बाद उन्होंने फिर मेरा निकाह हो गया। ओह वेरी नाइस, मतलब कि लव मैरिज है तुम्हारी? जी लव मैरिज। बच्चे माशाल्लाह कितने? 2 बेटियां 2 बेटे। नाम? ए बड़ी बेटी का नाम अनाया ज़हरा, छोटी का नाम दुआ ज़हरा, तो बेटे का नाम मीसम सरदार ते कसीम सरदार। वेरी गुड। ते बेटियां जो कोई तुहाडे नाल रगब है? नहीं छोटे है बेटे। अच्छा अजय बचपन है, 6 साल का है। एक हो सकता है कि अल्लाह पाक जिंदगी तंदुरुस्ती रखे, हैं जी उन्होंने बचपन भी इसी करिए। बचपन जरूरी नहीं है कि बच्चिया ने इस शोभे वाल ही आना वा, वो सब तो पहला जरूरी यह है कि जिन्हें भी साढ़े आर्टिस्ट आ कोई भी आ मेरे अर्गे वे सीनियर जूनियर बच्चिया पहला एजुकेट करो शोभे से लिया। मैं एक दो मैं देखे आर्टिस्ट जड़े छोटे छोटे बच्चिया ना नाल लई फिरदे 24 घंटे, तो मेरी उन्होंने डिस्कस भी हुई, मैं कहा यार इनू क्यों नाल लई फिरदा वा, इनू घर रख्या कर अजे, ये पढ़े पहला एजुकेट हो जाए, मैट्रिक नहीं एफ ए नहीं कुछ ना कुछ, फिर इनू देखी भी किहड़े पासे जांदा वा, तो उधर इनू लै आवी, पहला बच्चियां नू तलीम दवाओ, फिर उच्च देखो भी वो इधर आन जोगा है या नहीं है। बड़ी अच्छी सोच है, एजुकेशन दो बच्चियां नू, उस तो बाद उन्हें चॉइस पूछो और जो बनना चाहते हैं बनाओ। डेयरी पाकिस्तान ज्वाइन कर लिया, काम किया, मेहनत की, आखिरी 2 दिन जो थे अब्बू जब आईसीयू में थे वो मेरे लिए बहुत क्रूशल थे। वालिद साहब को एकदम डायग्नोज हुआ कि उनकी 3 वेन्स बंद हैं, तो हार्ट बाईपास उनका रिकमेंड हुआ जी PIC पंजाब कार्डियोलॉजी में। तो घर की सारी जिम्मेदारी मेरे पे आ गई, वो एक वेन सही तरीके से उनकी जुड़ी नहीं थी, मैं जाकर सो गया, मुझे डॉक्टर्स ने बताया कि वेन सही तरीके से नहीं जुड़ी तो दोबारा जोड़नी पड़ेगी, तो अब आप जो है ना दस्तखत कर दें। जब पहली दफ़ा बाईपास करना था मैंने दस्तखत किए, मैं बिल्कुल इजी था, लेकिन जब उन्होंने रात को 3 बजे मुझे मेरे कमरे से उठाकर तो बताया कि दोबारा करें, मेरी बहन ने मुझे उठाया, तो वो जब मैंने दूसरी दफ़ा दस्तखत किए तो तब आई वॉज शिवरिंग, मैं कांप रहा था। हम एक्चुअली जो तकलीकी लोग होते हैं ना अंदर से बड़े सेंसिटिव होते हैं, हम जो बाहर काम कर रहे होते हैं वो अपने लिए नहीं कर रहे होते। पढ़ना कसीदा हक दे वली दा, पढ़ना कसीदा हक दे वली दा, मिल के सुनाओ सारे सुनाओ नारा अली दा, पढ़ना कसीदा।